ਮਲਵ ਬੜਲੀ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਸਾਰੇ ਹੀ ਪੈਂਟਰਾਂ ਵੱਨ ਨੇ ਪੰਜਾਬ ਪੁਲਿਸ ਦੀਆਂ ਭਰਤੀਆਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਸਾਰੇ ਪੈਂਟਰਾਂ ਨੂੰ ਜਿਵੇਂ ਕਿ ਪਤਾ ਹੈ ਵੀ ਪੰਜਾਬ ਪੁਲਿਸ ਦਾ ਪੇਪਰ ਹੁਣ ਬਿਲਕੁਲ ਹੀ ਡਿਫਰੈਂਟ ਲੈਵਲ ਦਾ ਬੱਚਾ ਨੂੰ ਮਿਲ ਰਿਹਾ ਕਿਉਂਕਿ TCS ਡਿਪਾਰਟਮੈਂਟ ਜਿਹੜੀ ਹੈਗੀ ਹੈ ਉਹਨਾਂ ਨਾਲ ਚੁਣ-ਚੁਣ ਕੇ ਬਦਲਾ ਲੈ ਰਹੀ ਹੈ ਹੁਣ ਬੱਚੋ ਘਬਰਾਣ ਦੀ ਲੋੜ ਨਹੀਂ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਸਿਲੇਬਸ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਆਫੀਸ਼ੀਅਲ ਸਿਲੇਬਸ ਹੈ ਜਿਹੜਾ ਕਿ ਆਪਾਂ ਨੂੰ ICS ডিপার্টমেন্ট ਵੱਲੋਂ ਜਿਹੜਾ ਪ੍ਰੋਵਾਈਡ ਕਰਾਇਆ ਗਿਆ ਠੀਕ ਹੈ ਜੀ ਜਿਹੜੇ ਪਿੰਨਪਰਾ ਚਾਹੁੰਦੇ ਨੇ ਵੀ ਇਸ ਸਾਲ ਪੱਤੀ ਡੈਫੀਨੇਟਲੀ ਕਰੈਕ ਕਰਨੀ ਹੀ ਕਰਨੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਪੂਰਾ ਦੇਖਣਾ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਿਸੇ ਪਿੰਨਪਰਾ ਦਾ ਘਾਟਾ ਹੋ ਸਕੇ ਕਿਸੇ ਸਬਜੈਕਟ ਦੇ ਵਿੱਚ ਕੋਈ ਉਸ ਦੇ ਟੌਪਿਕ ਰਹਿ ਜਾਣ ਜਿਸ ਕਰਕੇ ਉਹ ਪਿੰਨਪਰਾ ਅੱਗੇ ਵੱਧ ਨਾ ਸਕੇ ਸੋ ਇਸੇ ਕਰਕੇ ਮੈਂ ਚਾਹਨਾ ਵੀ ਇਸ ਕੋ ਸਾਰੀ ਵੀਡੀਓ ਨੂੰ ਤੁਸੀਂ ਵੇਖਣਾ ਤੇ ਜਿਸ ਕਰਕੇ ਤੁਸੀਂ ਵਰਦੀ ਦਾ ਸੁਪਨਾ ਆਪਣਾ ਪੂਰਾ ਕਰ ਸਕੋ ਸੋ ਸਭ ਤੋਂ ਪਹਿਲਾਂ ਪੈਨਪਰਾ ਨੂੰ ਮੈਂ ਬੇਨਤੀ ਕਰੂੰਗਾ ਲਾਈਕ ਕਰਿਓ ਸ਼ੇਅਰ ਕਰਿਓ WhatsApp Telegram ਉੱਤੇ ਸਾਰੇ ਹੀ ਪੈਨਪਰਾ ਇਸ ਸਿਲੇਬਸ ਨੂੰ ਤਾਂ ਕਿ ਸਾਰੇ ਹੀ ਪੈਨਪਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਠੀਕ ਹੈ ਜੀ ਤੇ ਆਪਣੀ ਮੇਨ ਗੱਲ ਹੈ ਪੰਜਾਬ ਪੁਲਿਸ ਦੇ ਵਿੱਚ 5 ਜਾਂ 6 ਸਬਜੈਕਟ ਹੁੰਦੇ ਆ ਠੀਕ ਹੈ ਜੀ ਜਿਸ ਦੇ ਵਿੱਚੋਂ ਆਪਾਂ ਵੱਧ ਤੋਂ ਵੱਧ ਨੰਬਰ ਲੈ ਸਕਦੇ ਹਾਂ ਠੀਕ ਹੈ ਜੀ ਜਿਸ ਦੇ ذریعے ਤੁਸੀਂ 100 ਦੇ ਵਿੱਚੋਂ 80 ਵੀ ਲੈ ਸਕਦੇ ਹੋ ਤੇ 85 ਵੀ ਠੀਕ ਹੈ ਜੀ ਉਹਨੂੰ ਕਿਵੇਂ ਲੈ ਸਕਦੇ ਹੋ ਤੁਹਾਨੂੰ ਪਹਿਲਾਂ ਦੱਸਾਂਗੇ ਮੈਥ ਦਾ ਸਿਲੇਬਸ ਬਹੁਤ ਸਾਰੇ ਪੈਨਪਰਾਂਵਾਂ ਨੇ ਕੱਲ ਵੀ ਇਹ ਦੇਖੀ ਹੋਣੀ ਹੈ ਵੀਡੀਓ ਬਟ ਮੈਂ ਚਾਹੁੰਦਾ ਸੀ ਇੱਕ ਸਪੈਸ਼ਲ ਵੀਡੀਓ ਬਣਾ ਦਵਾਂ ਤਾਂ ਕਿ ਸਾਰੇ ਹੀ ਪੈਨਪਰਾ ਦੇਖ ਸਕਣ ਠੀਕ ਹੈ ਜੀ ਕੱਲ ਵੀ ਇਸ ਸਿਲੇਬਸ ਦਾ ਆਪਾਂ ਦਿਖਾਇਆ ਸੀ ਬਟ ਮੈਂ ਚਾਹੁੰਦਾ ਸੀ ਇੱਕ ਵਾਰ ਸਾਰੇ ਹੀ ਪੈਨਪਰਾਵਾਂ ਤੱਕ ਸਰਕੂਲੇਟ ਹੋ ਜਾਵੇ ਇਸ ਚੀਜ਼ ਦਾ ਸਕਰੀਨਸ਼ਾਟ ਲੈ ਲਵੋ ਬਹੁਤ ਸਾਰੇ ਪੈਨਪਰਾਂਵਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਵੇਖਿਆ ਹੋਊਗਾ ਸਿਰਫ ਆਪਾਂ ਨੂੰ ਜਿਹੜੇ ਅੱਬੇ ਹੱਤੋਂ ਆਪਾਂ ਨੂੰ ਜਿਹੜੇ ਦਿੱਤੇ ਹੋਏ ਹੈ ਚੈਪਟਰ ਮਤਲਬ ਕਿ ਤੁਸੀਂ ਦੇਖ ਲਵੋ ਜੇਕਰ ਆਪਾਂ ਨੂੰ ਦੇਖੀਏ ਆਹ ਸਾਰੇ ਚੈਪਟਰ ਜਿਹੜੇ ਹੈਗੇ ਆਪਾਂ ਨੂੰ ਨੋਟੀਫਿਕੇਸ਼ਨ ਦੇ ਵਿੱਚ ਵ ਇਹ ਸਾਰੇ ਚੈਪਟਰ ਤੁਸੀਂ ਜੇ ਨੋਟੀਫਿਕੇਸ਼ਨ ਵਿੱਚ ਵੇਖਦੇ ਹੋ ਫਿਰ ਤੁਸੀਂ ਕਰਕੇ ਤਾਂ ਜਾਣਦੇ ਹੋ ਪਰ ਤੁਹਾਡੇ ਕਲੀਅਰ ਇਸੇ ਕਰਕੇ ਐਗਜ਼ਾਮ ਨਹੀਂ ਹੁੰਦਾ ਕਿਉਂਕਿ ਤੁਸੀਂ ਇਹਨਾਂ ਚੈਪਟਰਾਂ ਨੂੰ ਨੈਗਲੈਕਟ ਕਰ ਦਿੰਦੇ ਹੋ ਜਿਵੇਂ ਕਿ ਪਾਰਟਨਰਸ਼ਿਪ ਡਾਟਾ ਇੰਟਰਪ੍ਰੀਟੇਸ਼ਨ ਏਜਿਸ ਪ੍ਰੋਬਲਮ ਪਾਈਪ ਸਿਸਟਮ ਬੋਟ ਰੇਸ ਤੇ ਰੇਸ ਬੋਟ ਐਂਡ ਸਟ੍ਰੀਮ ਸੋਰੀ ਫਿਰ ਰੇਸ ਫਿਟ ਬਿਊ ਡਿਸਟੈਂਸ ਇਹ ਜਿਹੜੇ ਚੈਪਟਰ ਹੈਗੇ ਇਹ ਇਹਨਾਂ ਚੈਪਟਰਾਂ ਦੇ ਵਿੱਚੋਂ ਹੀ ਕਹਿੰਦਾ ਪਾਵ ਚੱਕੇ ਗਏ ਆ ਬਟ ਇਹ ਬਹੁਤ ਸਾਰੇ ਇੰਸਟੀਚੂਟ ਇਹ ਤਾਂ ਨਹੀਂ ਕਰਾਂਦੇ ਕਿਉਂਕਿ ਇਹ ਥੋੜੀ ਜਿਹੀ ਡਿਫਰੈਂਟ ਲੈਵਲ ਦੇ ਹੁੰਦੇ ਆ ਕਈ ਇੰਸਟੀਚੂਟ ਤਾਂ ਨਹੀਂ ਕਰਾਂਦੇ ਕਿਉਂਕਿ ਉਹ ਚਾਹਦੇ ਆ ਸੀ ਪੈਸਾ ਕਮਾ ਲਈਏ ਵੀ ਜ਼ਰੂਰੀ ਬੱਚੇ ਦਾ ਭਲਾ ਕਰਨਾ ਠੀਕ ਹੈ ਇਹ ਬਹੁਤ ਹੀ ਰੀਅਰ ਇੰਸਟੀਚੂਟ ਹੈ ਜਿਹੜੇ ਕੱਲਾ ਕੱਲਾ ਚੈਪਟਰ ਇਹ ਕਵਰ ਕਰਾਂਦਾ ਸੋ ਇਸੇ ਕਰਕੇ ਮੈਂ ਕਹਿ ਰਿਹਾ ਜਿਹੜੇ ਭੈਣ ਭਰਾ ਚਾਹਦੇ ਆ ਪੱਕੀ ਆਪਣੀ ਰਜਿਸਟਰੀ ਕਰਾਣਾ ਉਹਦੇ ਵਿੱਚ ਕਹਿੰਦਾ ਭਾ ਭਰਤੀ ਵਿੱਚ ਤਾਂ ਪਲੀਜ਼ ਇਹ ਚੈਪਟਰਾਂ ਨੂੰ ਨਾਲ ਲੈ ਕੇ ਚੱਲੇ ਡਾਟਾ ਇੰਟਰਪ੍ਰੀਟੇਸ਼ਨ ਰੀਜ਼ਨਿੰਗ ਦਾ ਚੈਪਟਰ ਦੱਸਿਆ ਜਾਂਦਾ ਪਰ ਇਟ ਇਜ਼ ਰੀਜ਼ਨਿੰਗ ਦਾ ਚੈਪਟਰ ਨਹੀਂ اپنی ਜਿਹੜੀ ਕੁਆਂਟੀਟੇਟਿਵ ਐਪਟੀਟਿਊਡ ਹੈ ਜਿਹੜੀ ਕਹਿੰਦਾ ਭਾਅ ਮੈਥ ਨੂੰ ਆਪਾਂ ਇਸ ਲੈਵਲ ਤੇ ਕਹਿ ਦਿੰਦੇ ਆ ਜਿਵੇਂ ਕਿ ਹੁਣ ਤੁਸੀਂ ਮੰਨ ਲਓ ਸਿੰਪਲੀਫਿਕੇਸ਼ਨ ਹੈ ਸਿੰਪਲੀਫਿਕੇਸ਼ਨ ਦੇ ਵਿੱਚ ਤੁਹਾਡੇ ਤੋਂ ਕਿੰਨੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਠੀਕ ਹੈ ਜੀ ਇਹ ਸਿੰਪਲੀਫਿਕੇਸ਼ਨ ਆਪਾਂ ਸੋਚਦੇ ਆ ਪਲੱਸ ਮਾਈਨਸ ਡਿਵਾਈਡ ਹੀ ਹੈ ਬਟ ਇਸ ਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਉਸੇ ਤਰ੍ਹਾਂ ਹੀ ਜੇਕਰ ਆਪਾਂ ਗੱਲ ਕਰੀਏ ਰੇਸ਼ੋ ਪ੍ਰੋਪੋਰਸ਼ਨ ਪਰਸੈਂਟੇਜ ਐਵਰੇਜ ਉਸ ਦੇ ਵਿੱਚੋਂ ਕਹਿੰਦਾ ਭਾਅ ਆਪਾਂ ਨੂੰ ਇੱਕ ਤਾਂ ਅ ਡਾਟਾ ਇੰਟਰਪ੍ਰੀਟੇਸ਼ਨ ਪੁੱਛਿਆ ਜਾਂਦਾ ਇੱਕ ਪਾਰਟਨਰਸ਼ਿਪ ਇਹ ਦੋ ਚੈਪਟਰ ਹੈ ਜਿਹੜੇ ਇਹਨਾਂ ਨੂੰ ਮਿਲਾ ਕੇ ਸਮਿਲਨ ਜਿਹੜਾ ਹੈ ਤਿੰਨ ਚਾਰ ਚੈਪਟਰ ਨੂੰ ਮਿਲਾ ਕੇ ਬਣਦੇ ਆ ਠੀਕ ਹੈ ਜੀ ਇਹ ਗੱਲ ਜੇਕਰ ਸਮਝ ਗਏ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਦਾ ਹੀ ਭਾਗ ਹੈ ਤੇ ਬਹੁਤ ਸਾਰੇ ਇੰਸਟੀਟਿਊਟ ਇਹਨਾਂ ਦੇ ਇੱਕ ਇੱਕ ਦੋ ਸਵਾਲ ਕਰਾ ਕੇ ਤੁਹਾਨੂੰ ਸਮਝਾ ਦਿੰਦੇ ਆ ਏਜਿਸ ਪ੍ਰੋਬਲਮ ਰੇਸ਼ਿਓ ਦਾ ਇੱਕ ਮੇਨ ਚੈਪਟਰ ਹੈ ਜਿਸ ਦੇ ਵਿੱਚ ਤਿੰਨ ਟਾਈਪਸ ਕਵਰ ਕਰਨੀਆਂ ਪੈਂਦੀਆਂ ਆਪਾਂ ਨੂੰ ਏਜ ਨੂੰ ਲੈ ਕੇ ਠੀਕ ਹੈ ਜੀ ਏਜ ਵਧ ਘਟ ਹੈ ਮਾਪਿਓ ਦੀ ਏਜ ਤੋਂ ਵਧ ਘਟ ਹੈ ਤਾਂ ਕਿੰਨੀ ਰੇਸ਼ਿਓ ਬਣੂਗੀ ਉਹ ਜੀ ਸਭ ਹੁੰਦੇ ਆ ਤੁਹਾਡੇ ਵੀ ਨੰਬਰ ਦਾ ਮੈਥ ਸਬ ਇੰਸਪੈਕਟਰ ਦੀ ਜਾਂ ਕਨਸਟੇਬਲ ਦੇ ਵਿੱਚ ਹੁੰਦਾ ਮੈਨੂੰ ਲੱਗਦਾ ਹੈ ਤੇ ਸਬ ਇੰਸਪੈਕਟਰ ਦੇ ਵਿੱਚ 40 ਜਾਂ 50 ਨੰਬਰ ਦਾ ਠੀਕ ਹੈ ਜੀ ਤੇ ਡਿਪੈਂਡ ਕਰਦਾ ਤੁਹਾਡੇ ਪੇਪਰ ਦੇ ਲੈਵਲ ਤੇ ਪਾਈਪ ਐਂਡ ਸਿਸਟਮ ਜਿਹੜਾ ਹੈਗਾ ਇਹ ਤੁਹਾਡਾ ਟਾਈਮ ਐਂਡ ਵਰਕ ਦਾ ਚੈਪਟਰ ਹੈ ਬਹੁਤ ਸਾਰੇ ਪੈਂਟਰਾਂ ਟਾਈਮ ਐਂਡ ਵਰਕ ਕਰਤਾ ਲੈਂਦੇ ਆ ਬਟ ਪਾਈਪ ਐਂਡ ਸਿਸਟਮ ਕਈ ਨਹੀਂ ਕਰਾਂਦੇ ਇੰਸਟੀਚੂਟ ਕਿਉਂਕਿ ਕਾਰਨ ਇਹ ਹੁੰਦਾ ਸਿਮਿਲਰ ਹੈ ਬਟ ਤੁਹਾਨੂੰ ਪਤਾ ਹੈ ਪੈਸੇ ਕਿ ਜਿੱਥੇ ਕਮਾਣੇ ਹੁੰਦੇ ਉੱਥੇ ਸੋਖਾ ਤਰੀਕਾ ਹੀ ਚੱਲਦਾ ਤੇ ਹੁਣ ਅਗਲੀ ਗੱਲ ਰੇਸ ਬੋਟ ਇਸ ਸਟ੍ਰੀਮ ਇਹ ਸਾਰਾ ਕੁਝ ਹੈਗਾ ਚੈਪਟਰ ਸਪੀਡ ਐਂਡ ਡਿਸਟੈਂਸ ਦਾ ਟ੍ਰੂ ਡਿਸਟੈਂਸ ਟ੍ਰੂ ਡਿਸਕਾਊਂਟ ਹੈਗਾ ਜਿਹੜਾ ਉਹ ਪ੍ਰੋਫਿਟ ਲਾਸ ਦੇ ਕੰਪਾਊਂਡਿੰਗ ਅੰਦਰਸ ਦੇ ਵਿੱਚ ਦਾ ਚੈਪਟਰ ਹੈ ਠੀਕ ਹੈ ਹੁਣ ਜਿਹੜੇ ਪੈਨਪ੍ਰਾਮਾ ਨੇ ਕਰਨੀ ਹੈ ਤਿਆਰੀ ਤਾਂ ਪਲੀਜ਼ ਇਹਨਾਂ ਚੈਪਟਰਾਂ ਦੀ ਪੂਰੀ ਕੰਦ ਆਪਣੀ ਜਾਣਕਾਰੀ ਲੈ ਲਵੋ ਜਿਹੜਾ ਇੰਸਟੀਟਿਊਟ ਇਹਨਾਂ ਸਾਰੇ ਚੈਪਟਰ ਨੂੰ ਕਵਰ ਅਪ ਕਰੂਗਾ ਉਸ ਇੰਸਟੀਟਿਊਟ ਦੇ ਵਿੱਚ ਤੁਸੀਂ ਆਪਣਾ ਦਾਖਲਾ ਲੈਣਾ ਹੈ ਠੀਕ ਹੈ ਜੀ ਦਿਖਾ ਦਿਓ ਇੱਕ ਵਾਰ ਤੇ ਸਕਰੀਨਸ਼ਾਟ ਲੈ ਲਵੋ ਵੀ ਸਰ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਚਾਹੇ ਆਨਲਾਈਨ ਬੈ ਅਗਲਾ ਹੈਗਾ ਰੀਜ਼ਨਿੰਗ ਦਾ ਰੀਜ਼ਨਿੰਗ ਦੇ ਜਿਹੜੇ ਆਹ 3-4 ਚੈਪਟਰ ਜਿਹੜੇ ਇਹ ਸਾਰੇ ਜਿੰਨੇ ਚੈਪਟਰ ਤੁਹਾਡੇ ਲਿਖੇ ਹੋਏ ਆ ਮੈਂ ਇਸ 슬ਾਈਡ ਦੇ ਉੱਤੇ ਠੀਕ ਹੈ ਜੀ ਇਹ ਸਾਰੇ ਚੈਪਟਰ ਦੇ ਉੱਤੇ ਤੁਸੀਂ 슬ਾਈਡ ਦੇ ਜਿੰਨੇ ਮੈਂ ਲਿਖੇ ਆ ਇਹ ਸਾਰੇ ਤੁਸੀਂ ਕਰਕੇ ਜਾਣੇ ਆ ਬਹੁਤ ਸਾਰੇ ਬੱਚੇ ਪਿਛਲੇ ਸਾਲ ਘਾਬਰ ਗਏ ਸੀ ਕਿਉਂਕਿ ਉਸ ਦੇ ਵਿੱਚੋਂ ਪਿਛਲੇ ਸਾਲ ਆਪਾਂ ਨੂੰ ਇਹ ਇਹਨਾਂ ਦੋ ਚੀਜ਼ਾਂ ਦੇ ਵਿੱਚੋਂ ਜ਼ਿਆਦਾ ਪੇਪਰ ਆਇਆ ਠੀਕ ਹੈ ਜੀ ਇੱਕ ਤਾਂ ਇਹ ਇੱਕ ਪਜ਼ਲ ਤੇ ਇੱਕ ਆਰਡਰ ਰੈਂਕਿੰਗ ਠੀਕ ਹੈ ਜੀ ਇਹ ਤਿੰਨਾਂ ਚੀਜ਼ਾਂ ਵਿੱਚੋਂ ਉਹਨਾਂ ਨੇ ਤੁਹਾਨੂੰ ਉਲਝਾ ਕੇ ਰੱਖਿਆ ਜਿਸ ਕਰਕੇ ਤੁਸੀਂ ਸਾਰੇ ਹੀ ਪੈਣ ਪੜਾ ਰੀਜ਼ਨਿੰਗ ਦੇ ਵਿੱਚੋਂ 30 ਦੇ ਵਿੱਚ ਬਹੁਤ ਹੀ ਘੱਟ ਨੰਬਰ ਲੈ ਕੇ ਗਏ ਹੋ ਜਿਵੇਂ ਕਿ 20 ਲੈ ਕੇ ਗਿਆ ਕੋਈ ਤੇ ਕੋਈ ਲੈ ਕੇ ਗਿਆ 15 ਠੀਕ ਹੈ ਜੀ ਕਿਉਂਕਿ ਉਹਨਾਂ ਨੇ ਇਹ ਚੈਪਟਰ ਨਹੀਂ ਕੀਤੇ ਸੀ ਉਹ ਇੱਕ ਚੀਜ਼ ਪਾ ਦਿੰਦੇ ਸੀ ਜਿਸ ਦੇ ਵਿੱਚੋਂ ਤਿੰਨ ਸਵਾਲ ਪੁੱਛੇ ਜਾਂਦੇ ਸੀ ਜਿਵੇਂ ਕਿ ਆਪਣਾ ਡਾਟਾ ਇੰਟਰਪ੍ਰੀਟੇਸ਼ਨ ਦੇ ਵਿੱਚ ਹੁੰਦਾ ਠੀਕ ਹੈ ਜੀ ਬਾਕੀ ਹੁਣ ਕੋਡਿੰਗ ਡੀਕੋਡਿੰਗ ਰਿਲੇਸ਼ਨ ਦੇ ਰਿਸ਼ਪ ਦੇ ਵਿੱਚੋਂ ਵੀ ਇੱਕ ਦੋ ਦਿਨ ਕੁਐਸਚਨ ਆ ਗਏ ਆ ਇਸ ਸਾਲ ਤੇ ਜਿਸ ਕਰਕੇ ਤੁਸੀਂ ਇਹਨਾਂ ਚਾਰ ਪਾ ਇਹ ਸਾਰੇ ਚੈਪਟਰਾਂ ਨੂੰ ਕਵਰ ਅਪ ਕਰਕੇ ਜਾਣਾ ਤੇ ਕੈਲੰਡਰ ਚੈਪਟਰ ਬਹੁਤ ਮਸ਼ਹੂਰ ਚੱਲ ਰਿਹਾ ਅੱਜਕੱਲ ਤੇ ਡਾਈਸ ਚੈਪਟਰ ਠੀਕ ਹੈ ਜੀ ਇਹ ਜ਼ਰੂਰ ਕਰਕੇ ਜਾਈਓ ਦ ਹੁਣ ਅਗਲੀ ਗੱਲ ਕਰਦੇ ਆਂ ਮੀਨ ਜੀਕੇ ਦੀ ਬਹੁਤ ਸਾਰੇ ਬੱਚਿਆਂ ਦੱਸਦਾ ਮਾਂ ਵੀ ਜੀਕੇ ਦਾ ਜਿਹੜਾ ਮੀਨ ਪ੍ਰੋਸੈਸ ਹੁੰਦਾ ਵੀ 50 ਜਾਂ ਕਹਿੰਦਾ ਪਾਉ 100 ਜਾਂ 200 ਨੰਬਰ ਦੀ ਜੀਕੇ ਪੇਪਰ ਦੇ ਲੈਵਲ ਤੇ ਹੁੰਦੀ ਹੈ ਜਿਵੇਂ ਜੇ 4 ਨੰਬਰ ਦਾ ਕੁਐਸਚਨ 1 ਆ ਤਾਂ 200 ਦਾ ਨੰਬਰ ਕੁਐਸਚਨ 200 ਨੰਬਰਾਂ ਤੇ ਜੀਕੇ ਹੀ ਹੁੰਦੀ ਹੈ ਜੇਕਰ 1 ਨੰਬਰ ਦਾ ਤਾਂ 50 ਕੁਐਸਚਨ ਹੁੰਦੇ ਜੀਕੇ ਦੇ ਜਾਂ 35 ਕੁਐਸਚਨ ਠੀਕ ਹੈ ਜੀ ਤੇ ਦੋਸਤੋ ਦੇਖੋ ਤੇ ਤੁਹਾਡੇ ਸਾਹਮਣੇ ਜੀਕੇ ਤੁਸੀਂ ਲਿਊਸੈਂਟ ਬੁੱਕ ਨੂੰ ਫੋਲੋ ਕਰਦੇ ਹੋ ਜੇ ਤੁਹਾਨੂੰ ਚਾਹਣੇ ਉਹ ਵੀ ਘਰੇ ਬੈਠ ਕੇ ਤਿਆਰੀ ਕਰਨੀ ਹੈ ਤੁਹਾਡੇ ਕੋਲ ਕੋਚਿੰਗ ਲਿੱ ਤੁਸੀਂ ਲਿਊਸੈਂਟ ਬੁੱਕ ਨੂੰ 250 ਜਾਂ 270 ਦੇ ਵਿੱਚ ਖਰੀਦ ਕੇ ਘਰੇ ਲਿਆਓ ਤੇ ਇਸ ਨੂੰ ਘਰੇ ਬੈਠ ਕੇ ਤੁਸੀਂ ਰੱਟੇ ਲਾ ਦੇਣੇ ਆ ਬਸ ਠੀਕ ਹੈ ਜੀ ਤੁਹਾਨੂੰ ਹੋਰ ਕੁਝ ਨਹੀਂ ਕਹਿੰਦਾ ਰੱਟੇ ਹੀ ਲਾਣੇ ਠੀਕ ਹੈ ਜੀ ਤੁਸੀਂ ਮੈਂ ਤੁਹਾਨੂੰ ਬਸ ਇੰਨੇ ਹੀ ਕਹਿੰਦਾ ਜਿੰਨੇ ਰੱਟੇ ਲਾ ਸਕਦੇ ਹੋ ਬਸ ਤੁਹਾਨੂੰ ਇੱਕ ਇੱਕ ਚੀਜ਼ ਪਤਾ ਹੋਵੇ ਕਿਹੜੀ ਚੀਜ਼ ਕਿੱਥੇ ਆ ਜੇਕਰ ਤੁਸੀਂ ਚਾਹਦੇ ਹੋ ਵੀ ਅਰੀਹੰਤ ਦੀ ਅਰੀਹੰਤ ਦੀ ਬੁੱਕ ਥੋੜੀ ਜੀ ਮਤਲਬ ਕੈਜੂਅਲ ਜੀ ਹੈ ਮਤਲਬ ਤੁਹਾਨੂੰ ਸਮਝ ਆਵੇ ਜਾਂ ਨਾ ਵੀ ਕਿਉਂਕਿ ਇਸ ਦੀ ਲੈਂਗੁਏਜ ਜਿਹੜੀ ਹੈਗੀ ਥੋੜੀ ਜੀ ਸਮਝ ਨਹੀਂ ਆਂਦੀ ਤੇ ਬਾਕੀ ਐਆਂ ਗਈ ਗਲਤੀਆਂ ਵੀ ਬਹੁਤ ਜ਼ਿਆਦਾ ਅਰੀਹੰਤ ਦੇ ਵਿੱਚ ਸੋ ਮੈਂ ਲਿਊਸੈਂਟ ਨੂੰ ਹੀ ਜ਼ਿਆਦਾ ਮੈਂ ਪ੍ਰੇਫਰ ਕਰਦਾ ਬਹੁਤ ਸਾਰੇ ਬੱਚੇ ਨੂੰ ਮੈਂ ਅੱਗੇ ਵੀ ਮੈਂ ਕਿਹਾ ਵੀ ਜੇਕਰ ਸੀਜੀਐਲ ਦੀ ਵੀ ਤਿਆਰੀ ਕਰਦੇ ਹੋ ਕਿਸੇ ਦੀ ਤਿਆਰੀ ਕਰਦੇ ਹੋ ਇੱਕ ਲਿਊਸੈਂਟ ਦੀ ਬੁੱਕ ਹੀ ਪੜ੍ਹ ਦੋ ਬਹੁਤ ਹੈ ਬਾਕੀ ਦੋਸਤੋ ਜੇ ਇਹਨਾਂ ਤਿੰਨਾਂ ਵਿੱਚੋਂ ਤੁਸੀਂ ਇੱਕ ਚੀਜ਼ ਫੋਲੋ ਕਰਦੇ ਹੋ ਤੀਜੀ ਚੀਜ਼ ਕੀ ਹੈ ਜੇ ਤੁਸੀਂ ਆ ਮੰਨ ਲਓ ਦੋ ਬੁੱਕਾਂ ਨਹੀਂ ਲੈਣੀਆਂ ਠੀਕ ਹੈ ਮੰਨ ਲਓ ਤੁਹਾਡਾ ਮਨ ਨਹੀਂਗਾ ਵੀ ਹਾਂ ਵੀ ਬੁੱਕ ਤੋਂ ਸਾਨੂੰ ਸਮਝ ਨਹੀਂ ਆਣੀ ਸਾਨੂੰ ਸੋਖੇ ਨੋਟਸ ਚਾਹੀਦੇ ਆ ਤਬ ਕਿਸੇ ਵਧੀਆ ਇੰਸਟੀਚੂਟ ਦੇ 1200 ਜਾਂ 1000 ਦੇ ਨੋਟਸ ਮਿਲਣਗੇ ਤੁਹਾਨੂੰ ਜੀ ਜਿਸ ਦੇ ਵਿੱਚ ਸਾਰੇ ਸਬਜੈਕਟ ਕਵਰ ਕੀਤੇ ਹੋਣਗੇ ਠੀਕ ਹੈ ਜੀ এনवायरमेंट ਪੋਲੀਟੀ ਠੀਕ ਹੈ ਜੀ ਜੀਓਗ੍ਰਾਫੀ ਹਿਸਟਰੀ ਇਹਨਾਂ ਸਬਜੈਕਟਸ ਨੂੰ ਕਵਰ ਅਪ ਕਰਨ ਲਈ ਤੁਸੀਂ ਉਹਨਾਂ ਦੇ ਨੋਟਸ ਜਿਹੜੇ 11 12 ਸੋ ਦੇ ਲੈ ਕੇ ਘਰੇ ਬੈਠ ਕੇ ਰੱਟੇ ਲਗਾ ਦੇਣੇ ਆ ਠੀਕ ਹੈ ਜੀ ਜਦੋਂ ਤੁਸੀਂ ਇਹ ਸਾਰੇ ਨੋਟਸ ਪੜ੍ਹ ਲਈ ਥਿਊਰੀ ਕਵਰ ਅਪ ਹੋ ਗਈ ਤੁਹਾਨੂੰ ਵਿਸ਼ਵਾਸ ਹੋ ਗਿਆ ਵੀ ਮੇਰੀ ਤਿਆਰੀ ਆ ਫਿਰ ਤੁਸੀਂ ਕੀ ਕਰਨਾ ਕਿਸੇ ਇੰਸਟੀਟਿਊਟ ਦੀ ਕੈਂਟਾ ਪਾਵਰ ਸਬਜੈਕਟ ਵਾਈਜ਼ ਜਾਂ ਥਿਊਰੀ ਵਾਈਜ਼ ਜਿਵੇਂ ਕੈਂਟਾ ਤੁਸੀਂ ਪੜ੍ਹੇ ਹੋ ਉਸ ਦੇ ਰਿਵਾਈਜ਼ ਕਰਨੇ ਐਮਸੀਕਿਊਸ ਠੀਕ ਹੈ ਜੀ ਕਿਸੇ ਬੈਸਟ ਇੰਸਟੀਟਿਊਟ ਤੋਂ ਜੇਕਰ ਤੁਸੀਂ ਫ੍ਰੈਸ਼ਰ ਹੋ ਤਾਂ ਪਲੀਜ਼ ਕਿਸੇ ਇੰਸਟੀਚਿਊਟ ਦੇ ਵਿੱਚ ਲੱਗ ਕੇ ਥਿਊਰੀ ਕਵਰ ਕਰੋ ਫਿਰ ਉਸ ਇੰਸਟੀਚਿਊਟ ਤੋਂ ਜੀਕੇ ਪੂਰੀ ਸਮਝ ਕੇ ਫਿਰ ਉਸ ਤੋਂ ਬਾਅਦ ਰਿਵੀਜ਼ਨ ਕਰਨੀ ਹੈ ਐਮਸੀਕਿਊਜ਼ ਦੀ ਠੀਕ ਹੈ ਜੀ ਐਮਸੀਕਿਊਜ਼ ਕਿਹੜੇ ਜਿਹੜੇ ਆ ਪ੍ਰੀਵੀਅਸ ਇਅਰ ਆਉਂਦੇ ਆ ਠੀਕ ਹੈ ਜਾਂ ਫਿਰ ਕਹਿੰਦਾ ਪਾ ਆਪਣੇ ਟੈਸਟ ਸੀਰੀਜ਼ ਦਿੰਦੇ ਆ ਬਹੁਤ ਸਾਰੇ ਇੰਸਟੀਚਿਊਟ ਸੌਰੀ ਹਜ਼ਾਰ ਜਾਂ 2000 ਦੇ ਵਿੱਚ ਕਹਿੰਦਾ ਪਾ ਸੀਰੀਜ਼ ਦਿੰਦੇ ਆ ਜਿੰਦੇ ਵਿੱਚ ਕਹਿੰਦਾ ਪਾ 5000 6000 ਕੁਐਸਚਨ ਹੁੰਦੇ ਆ ਚੈਪਟਰ ਵਾਈਜ਼ ਤੇ ਉਹਨਾਂ ਨੂੰ ਕਵਰ ਅਪ ਕਰਕੇ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਮੇਰੇ ਕਿੱਥੋਂ ਤੱਕ ਮੇਰਾ ਲੈਵਲ ਹੈ ਤੇ ਡੇਲੀ ਮੋਕ ਟੈਸਟ ਲਗਾ ਸਕਦੇ ਹੋ ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਜੇਕਰ ਤੁਸੀਂ ਜੀਕੇ ਦੇ ਵਿੱਚ 35/35 ਨੰਬਰ ਲੈ ਕੇ ਆਣੇ ਹੈ ਠੀਕ ਹੈ ਜੀ ਕਿੰਨੇ ਨੰਬਰ 35/35 ਕਨਸਟੇਬਲ ਦੇ ਵਿੱਚੋਂ ਬਾਕੀ ਕਰੰਟ ਅਫੇਅਰ ਜਿਹੜੇ ਹੈਗੇ ਉਹ ਤੁਹਾਡੇ ਡੇਲੀ ਰੁਟੀਨ ਹੈ ਜੇ ਕਿਸੇ ਵੀ ਚੈਨਲ ਨੂੰ YouTube ਤੇ ਤੁਸੀਂ ਫੋਲੋ ਕਰ ਸਕਦੇ ਹੋ ਉਸ ਦੇ ਉੱਤੇ ਤੁਹਾਨੂੰ ਸਮਝਾ ਦੇਗੀ ਠੀਕ ਹੈ ਜੀ ਬਾਕੀ ਦੋਸਤੋ ਇਹ ਚੀਜ਼ਾਂ ਹੈਗੀਆਂ ਸੀ ਹੁਣ ਮੇਨ ਗੱਲ ਹੈ ਕੰਪਿਊਟਰ ਕੰਪਿਊਟਰ ਸਬਜੈਕਟ ਤੇ ਸਬ ਇਨਸਪੈਕਟਰ ਦੇ ਵਿੱਚ ਤਾਂ ਹੁੰਦਾ 30 ਨੰਬਰ ਦਾ ਜੇ ਕਨਸਟੇਬਲ ਤੇ ਗੱਲ ਕਰੀਏ ਤਾਂ ਹੁੰਦਾ 5 ਨੰਬਰ ਦਾ ਹੁਣ ਦੇਖੋ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਕੰਪਿਊਟਰ ਦੀ ਤਾਂ ਬਹੁਤ ਵਧੀਆ YouTube ਤੇ ਉੱਤੇ ਚੈਨਲ ਪਈਆਂ ਦੋ ਤਿੰਨ ਠੀਕ ਹੈ ਜਿਹੜੇ ਵਧੀਆ ਤਿਆਰੀ ਕਰਾਉਂਦੇ ਆ ਤੇ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਘਰੇ ਬੈਠ ਕੇ ਤਾਂ ਅਰੀਹੰਤ ਦੀ ਜਾਂ ਫਿਰ ਲੂਸੈਂਟ ਦੀ ਕੋਈ ਬੁੱਕ ਆਂਦੀ ਹੈ ਕੰਪਿਊਟਰ ਦੀ ਅਰੀਹੰਤ ਦੀ ਜ਼ਿਆਦਾ ਮੈਂ ਸੁਣੀ ਹੈ ਅਰੀਹੰਤ ਦੀ ਬੁੱਕ ਆਂਦੀ ਹੈ ਕੰਪਿਊਟਰ ਦੀ ਸਪੈਸ਼ਲ ਜਿਸ ਦੇ ਵਿੱਚ ਹਰੇਕ ਬਟ ਉਸ ਦੇ ਵਿੱਚ ਤੁਸੀਂ ਜੇਕਰ ਤਾਂ ਹੀ ਕਰਿਓ ਜੇਕਰ ਤੁਹਾਨੂੰ ਨੋਲਿਜ ਹੈਗੀ ਕੰਪਿਊਟਰ ਦੀ ਨਹੀਂ ਤਾਂ ਤੁਸੀਂ ਇੰਸਟੀਚੂਟ ਤੋਂ ਇੱਕ ਕੋਚਿੰਗ ਪੈਕ ਲੈ ਲਓ ਜਿਹੜਾ ਕਿ ਲਗਭਗ ਤੁਹਾਡਾ 2500 ਜਾਂ 3000 ਦੇ ਕਰੀਬ ਹੋਵੇਗਾ ਤੁਹਾਨੂੰ ਸਾਰੇ ਸਬਜੈਕਟ ਇੱਕ ਵਾਰੀ ਥਿਊਰੀ ਵਾਈਜ਼ ਕਵਰ ਕਰ ਲਵੇਗਾ ਠੀਕ ਹੈ ਜੀ ਸੋ ਇਸ ਕਰਕੇ ਮੈਂ ਕਹਿ ਰਿਹਾ ਵੀ ਜਿਹੜਾ ਫਰੈਸ਼ਰ ਬੱਚਾ ਉਹ ਤਾਂ ਪਲੀਜ਼ ਬੁੱਕਸ ਨੂੰ ਨਾ ਫੋਲੋ ਕਰੇ ਜਿਹੜਾ ਪੁਰਾਣਾ ਬੱਚਾ ਹੈ ਜਿਹੜਾ ਪੜ ਪੜ ਕੇ ਅੱਕ ਗਿਆ ਹੈ ਇੰਸਟੀਚੂਟਸ ਦੇ ਤੋਂ ਘਰੇ ਬੁੱਕਸ ਨੂੰ ਹੀ ਸਿਰਫ ਰਿਵਾਈਜ਼ ਕਰੇ ਤਾਂ ਕਿ ਉਸ ਨੂੰ ਪੇਪਰ ਕ੍ਰੈਕ ਕਰਨ ਦੇ ਵਿੱਚ ਆਸਾਨੀ ਹੋ ਜਾਵੇ ਠੀਕ ਹੈ ਜੀ ਤੋ ਜੇਕਰ ਤੁਹਾਨੂੰ ਸਮਝ ਲੱਗੀ ਹੈ ਤਾਂ ਪਲੀਜ਼ ਇਸ ਨੂੰ ਫੋਲੋ ਕਰਿਓ ਬਾਕੀ ਇੰਗਲਿਸ਼ ਪੰਜਾਬੀ ਜਿਹੜੀ ਹੈਗੀ ਹੈ ਜੀ ਇੱਕ ਕਨਸੈਪਟ ਹੁੰਦੇ ਆ ਉਹ ਸਾਰੇ YouTube ਉਤੇ ਹਰ ਕੋਈ ਕਰਾ ਰਿਹਾ ਹੈ ਜੇਕਰ ਤੁਸੀਂ ਕਰਨੀ ਹੈ ਤੇ ਉਸੇ ਸਿਰਫ ਤੁਸੀਂ ਇਹ ਹੀ ਲਿਖਣਾ ਹੈ ਇੰਗਲਿਸ਼ ਜਿਹੜੀ ਹੈਗੀ ਹੈ ਆਪਣੇ 에ਰਰ ਦੇ ਕੁਐਸਚਨ ਤੁਸੀਂ ਰਿਵੀਜ਼ਨ ਕਰਨੀ ਹੈ ਠੀਕ ਹੈ ਜੀ ਕਨਸੈਪਟ ਲਿਖਨੇ ਆ ਫੋਰ ਕੋਈ ਵੀ ਐਗਜ਼ਾਮ ਲਈ ਸਟੇਟ ਐਗਜ਼ਾਮ ਜਾਂ ਫਿਰ ਕੋਈ ਵੀ ਕਨਸੈਪਟ ਲਿਖ ਦਿਓ ਬਸ ਕਨਸੈਪਟ ਆਫ ਇੰਗਲਿਸ਼ ਟੂ ਕਰੇ ਕੇ ਸਟੇਟ ਐਗਜ਼ਾਮ ਠੀਕ ਹੈ ਜੀ ਬਹੁਤ ਸਾਰੇ ਇੰਸਟੀਟਿਊਟ ਹੈ ਜਿਵੇਂ 50 ਕਨਸੈਪਟ 100 ਕਨਸੈਪਟ 20 ਤੁਸੀਂ ਸਿਰਫ 70 ਕਾ ਕਨਸੈਪਟ ਹੁੰਦੇ ਆ ਜਿਹੜੇ ਇੰਪੋਰਟੈਂਟ ਹੁੰਦੇ ਆ ਬਾਕੀ ਤਾਂ 1.5 200 ਦਾ ਬਹੁਤ ਸਾਰੇ ਲੋਕ ਬਣਾਈ ਬੈਠੇ ਆ ਬਾਕੀ ਰਿਵੀਜ਼ਨ ਕਰੋ ਇੰਗਲਿਸ਼ ਦੀ ਗ੍ਰਾਮਰ ਤੇ ਪੰਜਾਬੀ ਦੀ ਗ੍ਰਾਮਰ ਦੀ ਉਹੀ ਚਾ ਚੀਜ਼ਾਂ ਤੁਹਾਨੂੰ ਪਾਰ ਕਰਾ ਦੇਣਗੀਆਂ ਤੇ ਨਿਊਜ਼ਪੇਪਰ ਡੇਲੀ ਪੜ੍ਹੋ ਇੰਗਲਿਸ਼ ਵਾਲਾ ਤੇ ਪੰਜਾਬੀ ਵਾਲਾ ਠੀਕ ਹੈ ਜੀ ਤੇ ਦੋਸਤੋ ਤੁਹਾਨੂੰ ਹੁਣ ਜੇਕਰ ਸਮਝ ਲੱਗੀ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਆਈ ਲਵ ਪੰਜਾਬ ਪੁਲਿਸ ਲਿਖਿਓ ਤੇ ਜੇਕਰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਲਿਖ ਦਿਓ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਅਸੀਂ ਦੱਸ ਦੇਵਾਂਗੇ ਵੀ ਕਿਹੜ ਮੈਂ ਇਸ ਵੀਡੀਓ ਦੇ ਜ਼ਰੀਏ ਤਾਂ ਨਹੀਂ ਦੱਸਦਾ ਚੈਨਲਸ ਦਾ ਕਈ ਵਾਰ ਬਹੁਤ ਸਾਰੇ ਹੋਰ ਜੀ ਇੰਸਟੀਚਿਊਟ ਹੁੰਦੇ ਆ ਵੀ ਉਹ ਕਹਿੰਦੇ ਆ ਵੀ ਸਪੈਸ਼ਲੀ ਤੌਰ ਤੇ ਇਹ ਚੈਨਲ ਨਾਲ ਲੱਗਦਾ ਉਹਨਾਂ ਦੀ ਜ਼ਿਆਦਾ ਗੱਲਬਾਤ ਹੋ ਗਈ ਇਸੇ ਕਰਕੇ ਚੈਨਲ ਨੂੰ ਪ੍ਰਮੋਟ ਕਰ ਰਿਹਾ ਸੋ ਮੇਰਾ ਕੋਈ ਉਹ ਜਿਆ ਮਤਲਬ ਰੀਜ਼ਨ ਹੈ ਨਹੀਂ ਮੈਂ ਸਿਰਫ ਸਟੂਡੈਂਟ ਦੀ ਹੈਲਪ ਕਰਦਾ ਵੀ ਸਟੂਡੈਂਟ ਆਪਣੇ ਸੁਪਨੇ ਪੂਰੇ ਕਰ ਸਕੀ ਬਾਕੀ ਕੋਸ਼ਿਸ਼ ਕਰਾਂਗੇ ਆਪਾਂ ਸਾਰਿਆਂ ਤੋਂ ਪੁੱਛ ਕੇ ਜਿਨ੍ਹਾਂ ਜਿਨ੍ਹਾਂ ਦੇ ਮਤਲਬ ਚੈਨਲ ਹੈਗੇ ਆ ਵਧੀਆ ਪੜਾਉਣ ਵਾਲੇ ਉਹਨਾਂ ਨੂੰ ਪੁੱਛ ਕੇ ਉਸ ਤੋਂ ਬਾਅਦ ਹੀ ਆਪਾਂ ਇੱਥੇ ਦੱਸਾਂਗੇ ਕਿਉਂਕਿ ਕਈ ਵਾਰ ਉਹ ਵੀ ਸੋਚ ਜਾਂਦੇ ਆ ਵੀ ਇਹ ਸਾਡੀ ਫ੍ਰੀ ਖ ਸੋ ਇਹ ਚੀਜ਼ਾਂ ਮੈਨੂੰ ਦੇਖਣੀਆਂ ਪੈਣਦੀਆਂ ਮੈਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰੂੰਗਾ ਵੀ ਜੇਕਰ ਉਹਨਾਂ ਨੇ ਕਿਹਾ ਵੀ ਹਾਂ ਸਾਡੇ ਚੈਨਲ ਦੀ ਤੁਸੀਂ ਮਤਲਬ ਕਿ ਪ੍ਰੋਮੋਸ਼ਨ ਕਰ ਦਵੋ ਹਨਾ ਵੈਸੇ ਤਾਂ ਮੈਂ ਪੈਸਾ ਖਰਚਾ ਕੁਝ ਨਹੀਂ ਲੈਣਾ ਬਟ ਇੱਕ ਵਾਰੀ ਉਹਨੂੰ ਇਨਫੋਰਮ ਜ਼ਰੂਰ ਕਰੂੰਗਾ ਨਹੀਂ ਤਾਂ ਅਗਲਾ ਏਦਾਂ ਸੋਚਦਾ ਵੀ ਸਾਡੇ ਨਾਮ ਵਜੋਂ ਆਪਣਾ ਨਾਮ ਬਣਾਉਣਾ ਚਾਹੁੰਦਾ ਵੀ ਮਤਲਬ ਬਹੁਤ ਸਾਰੇ ਇਹੋ ਜਿਹੇ ਹੁੰਦੇ ਆ ਆਪਣੀ ਦਿਮਾਗ ਦੀ ਥਿਊਰੀ ਹੋਜੀ ਹੁੰਦੀ ਆ ਵੀ ਆਫ ਦੇ ਚੈਨਲ ਵਿੱਚ ਆਪਣਾ ਨਾਮ ਸਾਡੇ ਚੈਨਲ ਦਾ ਨਾਮ ਲੈ ਕੇ ਤੇ ਅੱਗੇ ਵੀਵਿਊਜ਼ ਲੈਣਾ ਚਾਹੁੰਦਾ ਉਹ ਚੀਜ਼ ਆਪਾਂ ਨੂੰ ਨਹੀਂ ਪਸੰਦ ਲੱਗਦੀ ਠੀਕ ਹੈ ਜੀ ਸੋ ਇਸੇ ਕਰਕੇ ਆਪਾਂ ਪਹਿਲਾਂ ਉਹਨਾਂ ਦੀ ਪਰਮਿਸ਼ਨ ਲਵਾਂਗੇ ਜਦੋਂ ਉਹਨਾਂ ਨੇ ਪਰਮਿਸ਼ਨ ਦੇਤੀ ਤੁਹਾਨੂੰ ਇੱਥੇ ਚੈਨਲ ਜਿਹੜੇ ਹੈਗੇ ਲਿਖ ਕੇ ਦੱਸਾਂਗੇ ਵੀ ਕਿਹੜੇ ਕਿਹੜੇ ਚੈਨਲ ਤੁਸੀਂ ਫੋਲੋ ਕਰਨੇ ਸਬਜੈਕਟ ਵਾਈਜ਼ ਠੀਕ ਹੈ ਜੀ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਤੇ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਨਾ ਭੁੱਲੀਓ ਧੰਨਵਾਦ ਤੇ ਮੇਰੇ ਵੱਲੋਂ ਜੈ ਹਿੰਦ